ਵਰਗਾ ਤੇ ਆਉਂਦੇ ਜਾਂਦੇ ਸਾਬ ਵਰਗਾ। ਦੋਸਤੋ ਮੈਂ ਹਾਂ ਤੁਹਾਡਾ ਗੁਰਮੀਤ ਨਿੱਜਰ, ਅੱਜ ਗੱਲ ਕਰਨ ਜਾ ਰਹੇ ਹਾਂ ਪਿੰਡ ਪਾਂਡਲ ਟੋਨਾ ਜ਼ਿਲ੍ਹਾ ਕਪੂਰਥਲਾ ਵਿਖੇ ਇੱਕ ਗਰੀਬ ਪਰਿਵਾਰ ਵਿੱਚ ਜਨਮੇ ਤੇ ਹੁਣ ਹਜ਼ਾਰਾਂ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਇਮਰਾਨ ਖਾਨ ਦੀ। ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣਾ ਮੁਕਾਮ ਹਾਸਲ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ। ਅਜੇ 4 ਕੁ ਸਾਲ ਦੀ ਉਮਰ ਸੀ ਕਿ ਇਮਰਾਨ ਖਾਨ ਨੇ ਗੁਣ ਗਣਾਉਣਾ ਸ਼ੁਰੂ ਕਰ ਦਿੱਤਾ। ਬਚਪਨ ਤੋਂ ਹੀ ਨੁਸਰਤ ਫਤਿਹ ਅਲੀ ਖਾਨ ਤੇ ਸਲਾਮਤ ਅਲੀ ਖਾਨ ਦੀ ਆਵਾਜ਼ ਦਾ ਜਾਦੂ ਜਿੱਥੇ ਇਮਰਾਨ ਖਾਨ ਦੇ ਜੀਵਨ ਵਿੱਚ ਘਰ ਕਰ ਗਿਆ, ਉੱਥੇ ਗਰੀਬ ਪਰਿਵਾਰ ਵਿੱਚ ਜਨਮੇ ਹੋਣ ਕਰਕੇ ਪੈਸੇ ਦੀ ਕਮੀ ਮੰਜ਼ਿਲ ਸਰ ਕਰਨ ਵਿੱਚ ਅੜਿੱਕਾ ਬਣਦੀ ਰਹੀ। ਗੁਆਂਢ ਵਿੱਚ ਜਗਰਾਤਾ ਪਾਰਟੀ ਹੋਣ ਕਰਕੇ ਇਸ ਮਾਸੂਮ ਜਿੰਦ ਨੇ ਇੱਕ ਦਿਨ ਉਹਨਾਂ ਨਾਲ ਗੱਲਬਾਤ ਕਰਕੇ ਜਗਰਾਤਿਆਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਮੰਜ਼ਿਲ ਸਰ ਕਰਨ ਦੀ ਤਮੰਨਾ ਹੋਣ ਕਰਕੇ ਦਿਨ ਨੂੰ ਪੜ੍ਹਨ ਜਾਣਾ ਤੇ ਰਾਤ ਨੂੰ ਜਗਰਾਤਿਆਂ ਵਿੱਚ ਗਾਉਣ ਦੀ ਮਿਹਨਤ ਰੰਗ ਲਿਆਈ। ਦਿਨ ਲੰਘਦੇ ਗਏ ਤੇ ਇਮਰਾਨ ਖਾਨ ਆਪਣੀ ਮੰਜ਼ਿਲ ਵੱਲ ਨੂੰ ਵੱਧਦੇ ਗਏ। ਰੁੜਕਾਂ ਕਲਾ ਵਿੱਚ ਰਹਿੰਦੇ ਰਿਸ਼ਤੇਦਾਰਾਂ ਦੀ ਕੋਸ਼ਿਸ਼ ਨਾਲ ਇੱਕ ਦਿਨ ਮੁਲਾਕਾਤ ਰੁੜਕਾਂ ਕਲਾ ਵਿੱਚ ਹੀ ਰਹਿੰਦੇ ਗਾਇਕ ਗੈਰੀ ਸੰਧੂ ਨਾਲ ਹੋਈ ਤੇ ਇਮਰਾਨ ਖਾਨ ਦੀ ਆਵਾਜ਼ ਦਾ ਜਾਦੂ ਗੈਰੀ ਸੰਧੂ ਤੇ ਵੀ ਐਸਾ ਅਸਰ ਕਰ ਗਿਆ ਕਿ ਗੈਰੀ ਸੰਧੂ ਨੇ ਇਮਰਾਨ ਖਾਨ ਨੂੰ ਆਪਣੀ ਟੀਮ ਨਾਲ ਜੋੜ ਲਿਆ ਤੇ ਲੰਮੇ ਸਮੇਂ ਤੱਕ ਗੈਰੀ ਸੰਧੂ ਅਤੇ ਇਮਰਾਨ ਖਾਨ ਨੇ ਇਕੱਠਿਆਂ ਕਈ ਸਟੇਜਾਂ ਸਾਂਝੀਆਂ ਕੀਤੀਆਂ। ਸਨ 2014 ਦਾ ਇੱਕ ਸਮਾਂ ਉਹ ਵੀ ਆਇਆ ਜਦ ਇਮਰਾਨ ਖਾਨ ਦਾ ਪਹਿਲਾ ਗਾਣਾ ਰਿਮ ਜਿਮ ਰਿਕਾਰਡ ਹੋਇਆ, ਜੋ ਸੁਪਰ ਹਿੱਟ ਹੋਣ ਦੇ ਨਾਲ ਨਾਲ ਸਰੋਤਿਆਂ ਦੇ ਦਿਲਾਂ ਵਿੱਚ ਘਰ ਘਰ ਗਿਆ। ਉਸ ਤੋਂ ਬਾਅਦ ਇਮਰਾਨ ਖਾਨ ਦੀ ਜ਼ਿੰਦਗੀ ਵਿੱਚ ਇੱਕ ਹੋਰ ਐਸਾ ਮੋੜ ਆਇਆ ਜਦ ਇਮਰਾਨ ਨੂੰ ਚਾਹੁਣ ਵਾਲਿਆਂ ਨੇ ਉਹਨਾਂ ਨੂੰ ਖਾਨ ਸਾਹਿਬ ਦੇ ਨਾਮ ਨਾਲ ਮਸ਼ਹੂਰ ਕਰ ਦਿੱਤਾ। ਫੇਰ ਕੀ ਸੀ ਸੱਜਣਾ, ਬੇਕਦਰੇ, ਛੱਲਾ, ਜ਼ਿੰਦਗੀ ਤੇਰੇ ਨਾਮ ਆਦਿ ਗੀਤਾਂ ਨੇ 4 ਸਾਲ ਦੀ ਉਮਰ ਤੋਂ ਸ਼ੁਰੂ ਹੋਏ ਮੰਜ਼ਿਲ ਸਰ ਕਰਨ ਦੇ ਉਸ ਮੁਕਾਮ ਅੱਗੇ ਲਿਆ ਖੜਾ ਕਰ ਦਿੱਤਾ, ਜਿਸ ਤੋਂ ਅੱਗੇ ਖਾਨ ਸਾਹਿਬ ਦੀ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ। ਅੱਜ 8 ਜੂਨ 2018 ਨੂੰ ਫੋਕਸ ਪੰਜਾਬੀ ਦੀ ਸਮੁੱਚੀ ਟੀਮ ਵੱਲੋਂ ਖਾਨ ਸਾਹਿਬ ਅਤੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਖਾਨ ਸਾਹਿਬ ਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਹੋਏ ਭਵਿੱਖ ਦੀਆਂ ਸ਼ੁਭਕਾਮਨਾਵਾਂ ਨਾਲ ਖੁਦਾ ਆਫਿਸ ਕੈ ਵਧਾਈਗੀ ਲੈ ਜਾਵਾਂਗੇ, ਪਰ ਜਾਂਦੇ ਜਾਂਦੇ ਇਹ ਗੱਲ ਸਾਂਝੀ ਕਰਨੀ ਬਹੁਤ ਜ਼ਰੂਰੀ ਹੋਵੇਗੀ ਕਿ ਮੰਜ਼ਿਲਾਂ ਸਰ ਕਰਨ ਦੇ ਰਸਤੇ ਲੰਬੇ ਹੋ ਸਕਦੇ ਨੇ, ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਿਲਾਂ ਖੁਦ ਬ ਖੁਦ ਚੱਲ ਕੇ ਨਜ਼ਦੀਕ ਆ ਜਾਂਦੀਆਂ ਨੇ। ਇਸ ਲਈ ਮੰਜ਼ਿਲਾਂ ਤੋਂ ਡਰਨ ਦੀ ਜਗ੍ਹਾ ਇਰਾਦੇ ਮਜ਼ਬੂਤ ਕਰਨ ਦੀ ਲੋੜ ਹੈ, ਜਿਸ ਦੀ ਮਿਸਾਲ ਖਾਨ ਸਾਹਿਬ ਤੋਂ ਵੱਡੀ ਤੇ ਸਾਹਮਣੇ ਖੜੋਤੀ ਹੋਰ ਕੋਈ ਨਹੀਂ ਹੋ ਸਕਦੀ। ਸੋ ਦੋਸਤੋ, ਫਿਰ ਮਿਲਾਂਗੇ ਖਾਨ ਸਾਹਿਬ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਹੋਰ ਗੱਲਾਂ ਸਾਂਝੀਆਂ ਕਰਨ ਲਈ। ਹੁਣ ਦਿਓ ਇਜਾਜ਼ਤ, ਖੁਦਾ ਹਾਫਿਜ਼, ਸਤਿ ਸ਼੍ਰੀ ਅਕਾਲ। ਤੁਹਾਡਾ ਆਪਣਾ ਦੋਸਤ ਗੁਰਮੀਤ ਨਿੱਜਰ, fox.punjabi, your city, your news।